ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵੰਤ ਸਿੰਘ। ਅਕਸਰ ਅਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲ ਜਦ ਵੀ ਗੱਲਬਾਤ ਕਰਦੇ ਹਾਂ ਤਾਂ ਉਹਦੇ ਵਿੱਚ ਦੋ ਚੀਜ਼ਾਂ ਦਾ ਜ਼ਿਕਰ ਲਗਭਗ ਸਾਰੀਆਂ ਵੀਡੀਓ ਦੇ ਵਿੱਚ ਆਉਂਦਾ, ਤਾਂ ਇੱਕ ਹੈ ਪਿੰਕ ਰੌਕ ਸਾਲਟ ਅਤੇ ਦੂਜਾ ਹੈ ਗੁੜ। ਕਈ ਮਰੀਜ਼ਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਗੁੜ ਅਤੇ ਨਮਕ ਦੇ ਨਾਲ ਜਿਹੜਾ ਉਹਨਾਂ ਦਾ ਇਲਾਜ ਕੀਤਾ ਗਿਆ ਅਤੇ ਉਹ ਉਹਨਾਂ ਦੇ ਨਤੀਜੇ ਜਿਹੜੇ ਨੇ ਉਹਨਾਂ ਦੇ ਸਾਹਮਣੇ ਸੀ ਔਰ ਜੋ ਤੰਦਰੁਸਤ ਨੇ। ਆਖਰ ਅਜਿਹਾ ਕੀ ਕਿਹੜਾ ਗੁੜ ਹੈ, ਆਖਰ ਅਜਿਹਾ ਕਿਹੜਾ ਪਿੰਕ ਰੌਕ ਸਾਲਟ ਹੈ ਜਿਹੜਾ ਕਿ ਦਵਾਈ ਦਾ ਕੰਮ ਕਰ ਰਿਹਾ। ਅੱਜ ਇਸੇ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨਾਲ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਆਮ ਹੀ ਗੁੜ ਹੈ, ਆਮ ਹੀ ਨਮਕ ਹੈ ਜਾਂ ਫਿਰ ਇਹਦੇ 'ਚ ਕੋਈ ਦਵਾਈ ਦੇ ਗੁਣ ਵੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਮੈਂ ਅਕਸਰ ਜਿਹੜੇ ਆ ਤੁਹਾਡੇ ਪੇਸ਼ੈਂਟ ਜਿਨ੍ਹਾਂ ਦਾ ਤੁਸੀਂ ਇਲਾਜ ਕੀਤਾ, ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਤਾਂ ਉਹ ਇਹ ਕਹਿੰਦੇ ਨੇ ਵੀ ਸਾਡਾ ਨਮਕ ਖਵਾਇਆ ਸਾਨੂੰ, ਗੁੜ ਖਵਾਇਆ ਅਤੇ ਉਹਦੇ ਨਾਲ ਅਸੀਂ ਠੀਕ ਹੋ ਗਏ। ਇਹ ਨਮਕ ਗੁੜ ਇਹੋ ਜਿਹਾ ਕਿਹੜਾ, ਗਿੱਦੜ ਸਿੰਘ ਜੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜਿਹਦੇ 'ਚ ਇੰਨੇ ਗੁਣ ਨੇ ਕਿ ਉਹ ਕਿੰਨੀਆਂ ਬਿਮਾਰੀਆਂ ਨੂੰ ਠੀਕ ਕਰੀ ਜਾਂਦੇ ਨੇ, ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨਮਕ ਅਤੇ ਗੁੜ ਦੇ ਵਿੱਚ ਕੀ ਇਹੋ ਜਿਹੇ ਜਿਹੜੇ ਕੰਬੀਨੇਸ਼ਨ ਹੈਗਾ ਜਿਹੜਾ ਕਿ ਬੋਡੀ ਵਾਸਤੇ ਜ਼ਰੂਰੀ ਚਾਹੀਦਾ ਹੁੰਦਾ। ਕੁਲਵੰਤ ਜੀ, ਜਿਵੇਂ ਕਿ ਮੈਂ ਲਾਸਟ ਇੱਕ ਵੀਡੀਓ 'ਚ ਵੀ ਦੱਸਿਆ ਸੀ ਕਿ 90% ਲੋਕਾਂ ਦੀ ਬੋਡੀ ਡੀਹਾਈਡਰੇਟ ਹੈ, ਪਾਣੀ ਦੀ ਕਮੀ ਦਾ ਸ਼ਿਕਾਰ ਹੈ ਔਰ ਇਹੀ ਰੀਜ਼ਨ ਹੈ ਚਾਹੇ ਕਿਸੇ ਨੂੰ ਬੀ ਪੀ ਐਬਨੋਰਮਲ ਹੈ, ਵੱਧ ਰਿਹਾ ਹੈ, ਘੱਟ ਰਿਹਾ, ਜੁਆਇੰਟ ਦੇ ਵਿੱਚ ਪੇਨ ਹੈ, ਸਰਵਾਈਕਲ ਹੈ, ਇਨਡਾਈਜੈਸ਼ਨ ਮਤਲਬ ਪਾਚਨ ਪ੍ਰਣਾਲੀ ਠੀਕ ਨਹੀਂ ਹੈ, ਗੈਸਟ੍ਰਿਕ ਪ੍ਰੋਬਲਮ ਹੈ, ਈਵਨ ਲੀਵਰ ਫੈਟੀ ਹੈ, ਲੀਵਰ 'ਚ ਗਰਮੀ ਹੈ, ਸਾਰੀਆਂ ਚੀਜ਼ਾਂ, ਬਾਥਰੂਮ ਪੀਲੇ ਕਲਰ 'ਚ ਆਉਂਦਾ, ਸਾਰੀਆਂ ਚੀਜ਼ਾਂ ਤੇਜ਼ਾਬ ਬਣਦਾ, ਸਾਰੀਆਂ ਚੀਜ਼ਾਂ ਡੀਹਾਈਡਰੇਸ਼ਨ ਦਾ ਹੀ ਇੱਕ ਸਿਮਟਮ ਹੈ, ਠੀਕ ਹੈ, ਉਸ ਨਾਲ ਹੀ ਜੁੜੀਆਂ ਹੋਈਆਂ ਨੇ। ਜਿਹੜਾ ਪਿੰਕ ਰੌਕ ਸਾਲਟ ਹੈ, ਇਹਦੇ ਵਿੱਚ 84 ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਨੇ ਬਾਏ ਨੇਚਰ ਔਰ ਇਹਨੂੰ ਇੱਕ ਥੈਰੇਪੀ ਦੇ ਰੂਪ ਦੇ ਵਿੱਚ ਅਸੀਂ ਦਿੰਦੇ ਹਾਂ, ਜਿਹਨੂੰ ਅਸੀਂ ਡਾਇਰੈਕਟਲੀ ਸੁਬਹਾ ਖਾਲੀ ਪੇਟ ਸਲਾਈਵਾ ਦੇ ਨਾਲ ਇੱਕ ਚੁਟਕੀ ਚੂਸਣ ਵਾਸਤੇ ਦਿੰਦੇ ਹਾਂ, ਨਾਲ ਗਰਮ ਪਾਣੀ ਲੈਣ ਵਾਸਤੇ ਦਿੰਦੇ ਹਾਂ। ਅੱਛਾ, ਗਰਮ ਪਾਣੀ ਕਿਉਂ ਅਸੀਂ ਦਿੰਦੇ ਹਾਂ ਕਿ ਜਿਹੜੇ ਲੋਕਾਂ ਨੂੰ ਬੀ ਪੀ ਵਧਣ ਦੀ ਪ੍ਰੋਬਲਮ ਹੁੰਦੀ, ਹਾਈਪਰ ਹੁੰਦਾ ਜਿਹਨਾਂ ਦਾ, ਜਦੋਂ ਉਹ ਪਿੰਕ ਰੌਕ ਸਾਲਟ ਨਾਲ ਗਰਮ ਪਾਣੀ ਲੈਂਦੇ ਨੇ ਤਾਂ ਉਹ ਬੈਲੈਂਸ ਹੋ ਜਾਂਦਾ, ਠੀਕ ਹੈ। ਪਲੱਸ ਜਿਹੜੀ ਪਾਣੀ ਦੀ ਕਮੀ ਆ ਉਹ ਵੀ ਪੂਰੀ ਹੋ ਜਾਂਦੀ ਹੈ, ਡੀਹਾਈਡਰੇਸ਼ਨ ਦੀ ਸਮੱਸਿਆ ਵੀ ਸੋਲਵ ਹੁੰਦੀ ਹੈ। ਤੀਸਰੇ ਨੰਬਰ 'ਤੇ ਜਦੋਂ ਪਾਣੀ ਦੀ ਮਾਤਰਾ ਬੋਡੀ 'ਚ ਪੂਰੀ ਹੋਊਗੀ ਤਾਂ ਬੋਡੀ ਦੇ ਵਿੱਚ ਤਰਲ ਪਦਾਰਥ ਅਤੇ ਖਣਿਜ ਤੱਤ ਦੀ ਮਾਤਰਾ ਵੀ ਪੂਰੀ ਹੋ ਜਾਂਦੀ ਹੈ। ਜਦੋਂ ਤਰਲ ਪਦਾਰਥ ਅਤੇ ਖਣਿਜ ਪਦਾਰਥ ਦੀ ਮਾਤਰਾ ਪੂਰੀ ਹੁੰਦੀ ਹੈ, ਉਦੋਂ ਜਿਹੜੇ ਸਰੀਰ ਦੇ ਅੰਗ ਨੇ ਜਿਨ੍ਹਾਂ ਨੂੰ ਚਾਹੀਦੇ ਹੀ ਸਭ ਤੋਂ ਪਹਿਲਾਂ ਮਿਨਰਲਸ ਨੇ, ਪਲੱਸ ਮਿਨਰਲਸ ਹੀ ਕੈਰੀਅਰ ਦਾ ਕੰਮ ਕਰਦੇ। ਕੈਰੀਅਰ ਦਾ ਮਤਲਬ ਕੀ ਹੈ, ਜੋ ਵੀ ਤੁਸੀਂ ਪ੍ਰੋਟੀਨ ਲੈ ਰਹੇ ਹੋ, ਫੈਟ ਲੈ ਰਹੇ ਹੋ, ਵਿਟਾਮਿਨਸ ਲੈ ਰਹੇ ਹੋ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹਨਾਂ ਨੇ ਕਿੱਥੇ ਜਾ ਕੇ ਕੰਮ ਕਰਨਾ ਹੈ, ਇਹ ਕੰਮ ਮਿਨਰਲਸ ਕਰਵਾਉਂਦੇ ਨੇ, ਤਾਂ ਉਹ ਵੀ ਉਹਦੀ ਵੀ ਵਰਤੋਂ ਵੱਧ ਜਾਂਦੀ ਬੋਡੀ ਦੇ ਵਿੱਚ ਜਦੋਂ ਮਿਨਰਲਸ ਪੂਰੇ ਹੋ ਜਾਂਦੇ ਨੇ, ਅਤੇ ਪਾਣੀ ਦੀ ਵੀ ਕਮੀ ਪੂਰੀ ਹੋ ਗਈ ਤਾਂ ਪੇਸ਼ੈਂਟ ਕਹਿੰਦਾ ਮੈਨੂੰ ਅੱਗੇ ਨੂੰ ਰਿਲੀਫ ਆ ਗਿਆ, ਠੀਕ ਹੈ। ਰਹਿ ਜੈਗਰੀ ਦੀ ਗੱਲ, ਜੈਗਰੀ ਇੱਕ ਐਲਕਾਲਾਈਨ, ਅਸੀਂ ਜੋ ਜੈਗਰੀ ਤਿਆਰ ਕਰਦੇ ਹਾਂ, ਗੁੜ ਜਿਹੜਾ ਤਿਆਰ ਕਰਦੇ ਹਾਂ, ਇਹ ਔਰਗੈਨਿਕਲੀ ਪ੍ਰੋਸੈਸਡ ਹੁੰਦਾ, ਪੀ ਐੱਚ ਬੈਲੈਂਸ ਹੁੰਦਾ, 100% ਨੈਚੁਰਲ ਹੁੰਦਾ ਔਰ ਔਰਗੈਨਿਕਲੀ ਹੁੰਦਾ ਔਰ ਕੈਮੀਕਲ ਫਰੀ ਹੁੰਦਾ। ਪੀ ਐੱਚ ਬੈਲੈਂਸ ਦਾ ਮਤਲਬ ਇਹ ਹੁੰਦਾ ਕਿ ਇਹਦਾ ਪੀ ਐੱਚ ਅਤੇ ਬੋਡੀ ਦਾ ਪੀ ਐੱਚ, ਹੈਲਦੀ ਲੈਵਲ ਜੋ ਬੋਡੀ ਦਾ ਪੀ ਐੱਚ 7.365 ਹੈ, ਗੁੜ ਦਾ 6.5 ਹੈ, ਠੀਕ ਹੈ। ਮਤਲਬ ਇਹਦਾ ਐਸਿਡਿਕ ਲੈਵਲ ਬਿਲਕੁਲ ਨਹੀਂ ਹੈ, ਇਹ ਆਕਸੀਜਨ ਲੈਵਲ ਇਹਦੇ ਅੰਦਰ ਆਲਰੇਡੀ ਅੱਛਾ ਹੈ, ਜਦੋਂ ਇਹਨੂੰ ਖਾਵਾਂਗੇ ਤਾਂ ਸਰੀਰ ਦਾ ਵੀ ਆਕਸੀਜਨ ਲੈਵਲ ਅੱਛਾ ਕਰ ਦੇਣਾ ਔਰ ਇਹਨੂੰ ਅਸੀਂ ਬੜੇ ਹੀ ਨੈਚੁਰਲੀ ਪ੍ਰੋਸੈਸ ਬਣਾਇਆ, ਠੀਕ ਹੈ। ਇਹੀ ਰੀਜ਼ਨ ਹੈ ਕਿ ਕੋਈ ਪ੍ਰਜ਼ਰਵ ਨਹੀਂ ਕੀਤਾ, ਕੋਈ ਕੈਮੀਕਲ ਨਹੀਂ ਲਗਾਇਆ ਇਹਨੂੰ ਸਟੋਰ ਕਰਨ ਲਈ, ਤਾਂ ਜਦੋਂ ਇਹਨੂੰ ਪੇਸ਼ੈਂਟ ਸੁਬਹਾ ਖਾਲੀ ਪੇਟ ਗਰਮ ਪਾਣੀ ਦੇ ਨਾਲ ਖਾਂਦਾ ਤਾਂ ਉਹਦੇ ਨਾਲ, ਕਿਉਂਕਿ ਸਾਰੀ ਰਾਤ ਦਾ ਸਾਡੀ ਬੋਡੀ ਦੇ ਵਿੱਚ ਐਸਿਡ ਇਕੱਠਾ ਹੋਇਆ ਹੁੰਦਾ, ਤਾਂ ਜਦੋਂ ਇਹਨੂੰ ਗਰਮ ਪਾਣੀ ਨਾਲ ਖਾਂਦਾ ਤਾਂ ਉਹ ਐਸਿਡ ਦੀ ਮਾਤਰਾ ਘੱਟ ਜਾਂਦੀ, ਆਕਸੀਜਨ ਦੀ ਮਾਤਰਾ ਵੱਧ ਜਾਂਦੀ। ਜਦੋਂ ਆਕਸੀਜਨ ਦੀ ਮਾਤਰਾ ਵੱਧ ਗਈ ਤਾਂ ਬਲੱਡ ਸਰਕੂਲੇਸ਼ਨ ਵੀ ਅੱਛਾ ਹੋ ਜਾਂਦਾ, ਜਦੋਂ ਬਲੱਡ ਸਰਕੂਲੇਸ਼ਨ ਅੱਛਾ ਹੋ ਗਿਆ ਤਾਂ ਸਾਰੇ ਔਰਗਨ ਵੀ ਸਮੂਥ ਚੱਲਣ ਲੱਗ ਪੈਂਦੇ ਆ, ਪੇਸ਼ੈਂਟ ਐਨਰਜੀ ਫੀਲ ਕਰਦਾ, ਕਿਉਂਕਿ ਬਹੁਤ ਸਾਰੇ ਅੰਗ ਬਿਮਾਰੀ ਡਾਇਰੈਕਟ ਬਿਮਾਰ ਨਹੀਂ ਹੁੰਦੇ
सब तो पहला उन्हें कमी होंगी है किसी कि चीज़ की किसी कि चीज़ की तो इन राही कमियां ही पूरी कीतियां जाएंगी। असं इलाज नहीं करते किसी का, असं कमियां पूरी कर रहे हैं न्यूट्रिशन वैल्यू की। ठीक है, जो कमी पूरी हो जाती है वो जी जिन्हों बीमारी समझ रहा होंगे वो बीमारी होंगी नहीं, वो कमी होंगी शरीर की। जो कमी पूरी होगी कहता मैं ठीक हो गया, तो पेशेंट कहता जी मैं इलाज हो गया। एक्चुअल जो कमी का शिकार से किसी बीमारी की वजह से तंग नहीं सी। सो जो पिंक रॉक साल्ट है तो प्लस जो जैगरी हैगा ये दोनों बॉडी के ऑक्सीजन लैवल अच्छा करते हैं। सो डॉक्टर साहब जी हूँ इतने सवाल ये पैदा होंगे कि गुड़ तो जोड़ा होंगे वो आम बाज़ारों मिलता, गुड़ नमक जोड़ा वो आम बाज़ारों मिलता, गुड़ तो नमक तो जोड़ा लोग अक्सर खा रहे हैं तो फिर भी उन्हों का ये हाल है। तो फिर हूँ जोड़ा तुम जिस लैवल के गुड़ तो नमक दे रहे हो वो फिर ठीक क्यों हो जाते, पहला बीमार क्यों सी? नहीं है, देखो पहली चीज़ हैगी कि मैं पिंक रॉक साल्ट की गल कर रहा, आई थिंक लोग पशुओं को जरूर खिला देंगे, अपने बच्चों को अज तक किसी खिलाया पिंक रॉक साल्ट सब दे करे सोडियम वाला नमक है जिसकी मात्रा बॉडी एक्सेस हो जाती है और सोडियम जो बढ़ जाता है तो पानी घट जाता है साड़ी बॉडी। हाँ यूरोप के पिंक रॉक साल्ट है उसे आयोडाइज नमक बैन है। ठीक है, उधर ये चीज़ कॉमन थानू स्टोर के उपर और फैमिली के घर किचन से मिल जाएगी, लेकिन इधर अवेयरनैस ना होने करके अपनी कंट्री के लोग ये वाल नहीं आ रहे। हाँ जिमें हम समझ लग रही है उवे लोग इन यूज़ कर रहे हैं, बहुत सारे परिवार ने अपना जो किचन का शड्यूल है समग्री चेंज की है। रही गल गुड़ की, गुड़ लोग बना रहे हैं लेकिन ऑरगैनिक ही बना रहे हैं, ये आई थिंक रेशो अजे भी घट है। प्लस गुड़ की लैब टैसटिंग पीएच बैलेंस जिथे तो यूनिट लगा होंदा है उदी वो हाइजेनिक किन्ना मॉइस्चराइजर फ्री किवें किया गया है, तो ये सारी जी टकनीक है नैचुरली वे दे नाल। ईवन असी जिथे साडा गुड़ बनता है उत्थे जिहड़े एक वड्डे साइज़ दे विच कड़ाए होंदे ने, ठीक है नॉर्मल, तो वो नॉर्मली असी बहुत जगह पर मैं भी विजिट किया कई जगह पर वह लोहे के ने और कई जगह पर वो सीमेंटड ने, तो स्पैशल वो असी लकड़ के तैयार किए हुए। अच्छा हाँ जी, जे सागवान की लकड़ के तैयार किए हुए। लकड़ गर्म क्यों करते? नहीं वो जो रॉ पाते जूस पाते रस पाते जिद बाद जो कि गुड़ की शेप तैयार होंगे, मैं वो गल कर रहा है। दूसरे कड़ाई तो लोहे के होंगे ने, ठीक है उस तो बाद जो गर्म हाँ गर्म करने तो बाद क्या जाता जी। ठीक है, और प्लस उन्होंने जी सनलाइट तो भी उन्होंने जी ड्राईनैस है जी पैदा करनी होंगी मॉइस्चराइजर फ्री करना होंगे वो सनलाइट तो किया जाता वह। ठीक है, फिर कितने थोड़ी बहुत रह जाती तो उसमें ड्रायर नाल किया जाता है, बट ज़्यादा जो यूज़ है वो बड़ा ही नैचुरली प्रोसैस है। यही कारण है जो तुम साढ़े गुड़ का डब्बा खोलोगे ना तो प्लस उन्होंने टेस्ट करोगे तो गन्ने का रस आए दे रस का टेस्ट आएगा, गुड़ का नहीं आएगा। तो गन्ने के रस का टेस्ट सिर्फ एको चीज़ जिंदा रहा है जे उन्होंने 100% नैचुरली प्रोसैस किया हो कि भी उन्होंने प्रजर्व किया हो जो तैयार किया जाता सफाई की जाती है जो उतो मोस्टली कितने मिठा सोडा यूज़ करते हैं कितने सर्फ यूज़ करते हैं बहुत जगह इस तरह भी सुन के आया कि आह चीज़ा भी पाइया जाए। अच्छा गुड़ हमेशा जोड़ा चॉकलेटी कलर का होंगे वो ही ज़्यादा अच्छा तो वधिया होंगे, गुड़ जिन्ना वाइट होएगा समझ लेना कि उस उन्ना ज़्यादा कैमिकल यूज़ किया गया है। हूँ बाजार के जिस तरह के जो हम आप रोड साइड के उत्ते भी गन्ने जो कलाड़ियाँ लगे होंगे इन्होंने चो भी गुड़ कढ़ रहे होंगे ने यह भी दावा करते हैं भी साडा गुड़ जो असली है, लोग जो विश्वास भी करते हैं तो लोग जोड़े ने 10-10 किलो के हिसाब न लै जाते हैं। हूँ यह पछाण किवें हो गुड़ असली है तो यह गुड़ जो ये मिलावट हैगी किसी किसी देखो पहली चीज़ तो हैगी है कि मैं ये ये नहीं कहूँगा कि जिन्हें भी लोग गुड़ बनाते हैं वो सारे गलत काम करते हो कुछ मिक्स करते हो, इन्ना होंगे कि हर लाइन के कुछ चंद लोग होंगे ने जिन्हों की वजह नाल दूसर में भी उस सवालों का सामना करना पड़ता। ठीक, कुछ अच्छे अच्छे लोग भी ने जोड़े इन चीज़ों शौकिया करते हैं, कुछ अज भी बजुर्ग ने जिन्होंने अपनी अगली पीढ़ी इस प्रोफेसन से पाया है खेतीबाड़ी के। रही गल पछाण की जिसमें मैं दस चॉकलेटी कलर, ठीक है प्लस जो गुड़ जो तुम टेस्ट करोगे गुड़ ज़्यादा हार्ड ताम है तो ज़्यादा मिठा सोडे की मात्रा वधाती गई सी, जिन्ना सख्त होगा उन्ना मिठा सोडा ज़्यादा पाएगा। हाँ एक लाली हाँ, और जो तुम गुड़ नैचुरली गुड़ खाओगे ना चाहे वह 6 महीने बाद खा रहे हो साल बाद खा रहे हो वो बर्फी की तरह होएगा।
ਜਦੋਂ ਪਹਿਲੀ ਬਾਈਟ ਲਵੋਗੇ ਤਾਂ ਤੁਹਾਨੂੰ ਗੰਨੇ ਦਾ ਜਿਹੜਾ ਰਸ ਤੁਸੀਂ ਪੀਂਦੇ ਹੋ ਉਹ ਟੇਸਟ ਡਾਇਰੈਕਟ ਆਏਗਾ ਤੁਹਾਨੂੰ ਤੁਹਾਡੇ ਸਲਾਈਵਾ ਦੇ ਨਾਲ, ਔਰ ਤੁਸੀਂ ਤੁਹਾਨੂੰ ਪਹਿਲੀ ਬਾਈਟ ਨੇ ਦੱਸ ਦੇਣਾ ਕਿ ਗੁੜ 'ਚ ਕੀ ਹੈਗਾ, ਠੀਕ ਹੈ। ਔਰ ਦੂਸਰੀ ਚੀਜ਼ ਹੈ ਕਿ ਜਦੋਂ ਤੁਸੀਂ ਗੁੜ ਨੂੰ ਖਾਣਾ ਖਾਣ ਤੋਂ ਬਾਅਦ ਖਾਂਦੇ ਹੋ ਤਾਂ ਸਾਡਾ ਡਾਇਜੈਸਟਿਵ ਸਿਸਟਮ ਬੜਾ ਸਟਰੋਂਗ ਕਰ ਦਿੰਦਾ। ਅੱਛਾ, ਗੁੜ ਔਰ ਚੀਨੀ ਦੇ ਵਿੱਚ ਇੱਕ ਸਭ ਤੋਂ ਵੱਡਾ ਅੰਤਰ ਕੀ ਹੁੰਦਾ ਕਿ ਨੋਰਮਲ ਲੋਕ ਜਦੋਂ ਖਾਣਾ ਖਾਂਦੇ ਨੇ ਉਸ ਤੋਂ ਬਾਅਦ ਚੀਨੀ ਵੀ ਖਾਂਦੇ ਨੇ। ਖਾਣਾ ਖਾਣ ਤੋਂ ਬਾਅਦ ਜੋ ਅਗਰ ਅਸੀਂ ਚੀਨੀ ਖਾਂਦੇ ਹਾਂ ਤਾਂ ਚੀਨੀ ਜਿਹੜਾ ਖਾਣਾ ਡਾਇਜੈਸਟ ਹੋਣ ਵਾਲਾ ਉਹਨੂੰ ਵੀ ਰੋਕ ਲੈਂਦੀ ਹੈ ਅਤੇ ਆਪ ਵੀ ਰੁਕ ਜਾਂਦੀ ਹੈ। ਗੁੜ ਜਿਹੜਾ ਖਾਣਾ ਨਹੀਂ ਵੀ ਡਾਇਜੈਸਟ ਹੋਣ ਵਾਲਾ ਉਹਨੂੰ ਵੀ ਡਾਇਜੈਸਟ ਕਰ ਲੈਂਦਾ ਅਤੇ ਆਪ ਵੀ ਡਾਇਜੈਸਟ ਹੋ ਜਾਂਦਾ। ਇਹਦਾ ਸਭ ਤੋਂ ਵੱਡਾ ਐਡਵਾਂਟੇਜ ਆ ਗੁੜ ਦਾ। ਔਰ ਗੁੜ ਸਾਡੀ ਜਠਰ ਅਗਨੀ ਨੂੰ ਤੇਜ਼ ਕਰਦਾ, ਬਲਨ ਕਿਰਿਆ ਜਿਹੜੀ ਤੇਜ਼ ਕਰਦਾ, ਜਿਹਦੇ ਨਾਲ ਡਾਇਜੈਸਟਿਵ ਸਿਸਟਮ ਸਟਰੋਂਗ ਹੋ ਕੇ ਕੰਮ ਕਰਦਾ ਹੈ। ਜਿਹੜੇ ਬਾਜ਼ਾਰ ਦੇ ਵਿੱਚ ਚਿੱਟੇ ਅਤੇ ਲਾਲ ਰੰਗ ਦੇ ਅਤੇ ਲੱਡੂ ਗੁੜ ਜਿਹੜੇ ਮਿਲਦੇ ਨੇ ਅਤੇ ਸਖ਼ਤ ਬੜੇ ਹੁੰਦੇ ਨੇ, ਭਾਵੇਂ ਉਹਨੂੰ ਥੋੜ੍ਹੀ ਨਾ ਤੋੜੋ ਤਾਂ ਵੀ ਟੁੱਟਦੇ, ਫਿਰ ਉਹਨਾਂ ਦੇ ਵਿੱਚ ਕੀ ਇਹੋ ਜਿਹੇ ਕੈਮੀਕਲ ਪਾਏ ਹੁੰਦੇ ਨੇ, ਕੀ ਕੀਤਾ ਹੁੰਦਾ ਉਹਨਾਂ? ਦੇਖੋ, ਜਿਹੜੀ ਰੰਗ ਤਾਂ ਉਹੀ ਚੀਜ਼ ਦਾ ਹੈ ਕਿ ਜਿਹਦੇ ਰੰਗ ਪਾਓ, ਠੀਕ ਹੈ ਜੀ, ਜੇ ਰੰਗ ਹੀ ਨਹੀਂ ਉਹ ਰੰਗ ਨਹੀਂ ਦਏਗੀ ਨਾ। ਸੋ ਜੇ ਸਖ਼ਤ ਵੀ ਹੈ ਤਾਂ ਰੰਗ ਵੀ ਹੈ ਤਾਂ ਸਮਝ ਲਓ ਉਹਦੇ ਵਿੱਚ ਐਡ ਆ ਕੁਛ ਨਾ ਕੁਛ। ਕਦੀ ਗੁੜ ਗੁੜ ਦਾ ਜੋ ਨੈਚੁਰਲੀ ਗੱਲ ਤੁਹਾਨੂੰ ਕਲਰ ਦੱਸਿਆ, ਡਾਰਕ ਕਲਰ, ਚੋਕਲੇਟੀ ਕਲਰ, ਇਹੀ ਨੈਚੁਰਲੀ ਗੁੜ ਦੀ ਨਿਸ਼ਾਨੀ ਹੁੰਦੀ ਹੈ। ਅਤੇ ਜੇਕਰ ਆਪਾਂ ਗੱਲ ਕਰੀਏ ਕਿ ਇਸ ਦਾ ਮੈਡੀਸਨਲ ਜਿਹੜਾ ਇਹਦੀ ਵੈਲਿਊ, ਤੁਸੀਂ ਗੱਲ ਕਰ ਰਹੇ ਸੀ ਵੀ ਕਿਸ ਤਰੀਕੇ ਨਾਲ ਜਿਹੜਾ ਬੋਡੀ ਨੂੰ ਜਿਹੜਾ ਅੰਦਰ ਜਿਹੜੇ ਮਿਨਰਲਸ ਮਿਲਦੇ ਨੇ, ਕਿਸ ਤਰੀਕੇ ਨਾਲ ਪਾਚਨ ਕਿਰਿਆ ਨੂੰ ਤੇਜ਼ ਕਰਦਾ, ਕਿਸ ਤਰੀਕੇ ਨਾਲ ਜਿਹੜਾ ਬੋਡੀ ਦੇ ਅੰਦਰ ਜਦੋਂ ਸਵੇਰੇ ਸਵੇਰੇ ਆਪਾਂ ਲਈਦਾ ਅਤੇ ਟੋਕਸਿਨਸ ਜਿਹੜੇ ਹੁੰਦੇ ਨੇ ਉਹਨੂੰ ਇੱਕਦਮ ਪਾਚਨ ਕਿਰਿਆ ਨੂੰ ਜਿਹੜਾ ਰਾਤ ਦਾ ਜਿਹੜਾ ਟੋਕਸਿਨ ਹੁੰਦੇ ਉਹਨੂੰ ਬਾਹਰ ਕੱਢਣ ਦੇ ਵਿੱਚ ਜਿਹੜਾ ਉਹ ਸਹਾਈ ਹੁੰਦਾ। ਇਸ ਤੋਂ ਇਲਾਵਾ ਕੁਛ ਹੋਰ ਬਿਮਾਰੀਆਂ ਦੇ ਵਿੱਚ ਵੀ ਇਹ ਯੂਜ ਹੁੰਦਾ, ਜਿਹੜਾ ਕਹਿੰਦੇ ਨੇ ਮਿੱਠਾ ਜ਼ਿਆਦਾ ਖਾਓ ਤਾਂ ਮੋਟਾਪਾ ਹੋ ਜਾਂਦਾ, ਗੁੜ ਦਾ ਵੀ ਕੋਈ ਇਸ ਤਰ੍ਹਾਂ ਦਾ ਹੁੰਦਾ? ਨਹੀਂ, ਗੁੜ ਤੁਸੀਂ ਜਦੋਂ ਈਵਨ ਗੁੜ ਨੇ ਬੋਡੀ ਬੈਲੈਂਸ ਕਰਨੀ ਹੁੰਦੀ ਹੈ, ਮੋਟਾਪਾ ਨਹੀਂ ਹੁੰਦਾ। ਗਰਮ ਪਾਣੀ ਨਾਲ ਖਾਓਗੇ ਤਾਂ ਈਵਨ ਜਿਹੜਾ ਐਕਸੈਸ ਫੈਟ ਆ ਉਹ ਵੀ ਰਿਡਿਊਸ ਕਰਨੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਮਿਨਰਲਸ ਬਹੁਤ ਅੱਛੇ ਹੁੰਦੇ, 18 ਤਰ੍ਹਾਂ ਦੇ ਮਿਨਰਲਸ ਨੇ ਗੁੜ ਦੇ ਵਿੱਚ, ਜਿਹਦੇ 'ਚ ਮੋਟਾ ਮੋਟਾ ਦੱਸ ਦਿੰਦਾ ਤੁਹਾਨੂੰ ਮੈਂ, ਆਇਰਨ, ਫਾਸਫੋਰਸ, ਕੈਲਸ਼ੀਅਮ, ਪੋਟਾਸ਼ੀਅਮ, ਠੀਕ ਹੈ, ਔਰ ਮੈਗਨੀਸ਼ੀਅਮ, ਔਰ ਫਾਸਫੋਰਸ ਹੋਣ ਕਰਕੇ ਇਹ ਲੰਗਸ ਦੀ ਬਹੁਤ ਅੱਛੀ ਇੱਕ ਰੈਮਡੀਜ਼ ਹੈ ਫੇਫੜਿਆਂ ਦੀ, ਠੀਕ ਹੈ, ਜਿਹਨਾਂ ਨੂੰ ਬਲਗਮ ਹੈ, ਕਫ ਦੇ ਪੇਸ਼ੈਂਟ ਲਈ ਤਾਂ ਵਰਦਾਨ ਹੈ, ਠੀਕ ਹੈ। ਕਫ ਦਾ ਪੇਸ਼ੈਂਟ ਰੈਗੂਲਰ ਸੁਬਾਹ ਉੱਠ ਕੇ ਗਰਮ ਪਾਣੀ ਦੇ ਨਾਲ ਗੁੜ, ਨੈਚੁਰਲ ਗੁੜ ਚਬਾਵੇ ਤਾਂ ਉਹਨੂੰ ਅਲਟੀਮੇਟ ਰਿਲੀਫ ਆਉਂਦਾ ਇਹਦੇ ਵਿੱਚ। ਪੁਰਾਣਾ ਨਜ਼ਲਾ ਰੇਸ਼ਾ, ਹਾਂਜੀ ਹਾਂਜੀ, ਪੁਰਾਣਾ ਨਜ਼ਲਾ ਰੇਸ਼ਾ ਵੀ, ਪਲੱਸ ਜਿਹਨਾਂ ਜੋੜਾਂ 'ਚ ਦਰਦ ਸਮੱਸਿਆ ਹੈ, ਜਿਹਨਾਂ ਨੂੰ ਕੌਨਸਟੀਪੇਸ਼ਨ ਹੈ, ਕਬਜ਼ਾ, ਜਿਹਨਾਂ ਨੂੰ ਸਰਵਾਈਕਲ ਹੈ, ਜਿਹਨਾਂ ਦੀ ਆਈਸਾਈਟ ਵੀਕ ਹੈ, ਜਿਹਨਾਂ ਨੂੰ ਥਕਾਵਟ ਹੋ ਜਾਂਦੀ ਹੈ, ਸਰੀਰ ਸੁਸਤ ਰਹਿੰਦਾ ਹੈਗਾ, ਸੁਬਾਹ ਗਰਮ ਪਾਣੀ ਦੇ ਨਾਲ, ਗਰਮ ਕੋਸਾ ਨਹੀਂ, ਗਰਮ ਪਾਣੀ ਦੇ ਨਾਲ, ਮਿਕਸ ਨਹੀਂ ਕਰਨਾ, ਜਿਵੇਂ ਚਾਹ ਨਾਲ ਬਿਸਕੁਟ ਖਾਂਦੇ ਹੋਵੇ, ਗਰਮ ਪਾਣੀ ਨਾਲ ਤੁਸੀਂ ਗੁੜ ਨੂੰ ਖਾ ਕੇ ਦੇਖੋ 7 ਦਿਨ, ਫਿਰ ਦੁੱਖੇ ਦਾ ਜੋ ਤੁਹਾਡੀ ਜ਼ਿੰਦਗੀ ਦੇ ਅੰਦਰ ਇੱਕ ਬੜਾ ਜ਼ਬਰਦਸਤ ਇੱਕ ਐਨਰਜੀ ਭਰ ਦੇਗਾ। ਹੁਣ ਗੱਲ ਕਰੀਏ ਆਪਾਂ ਪਿੰਕ ਰੌਕ ਸਾਲਟ ਦੀ, ਯਾਨੀ ਕਿ ਜਿਹੜਾ ਪਾਕਿਸਤਾਨੀ ਜਿਹੜਾ ਉਹ ਡਲੇ ਵਾਲਾ ਜਿਹੜਾ ਨਮਕ ਹੈ, ਜਿਹੜਾ ਗੁਲਾਬੀ ਰੰਗ ਦਾ ਜਿਹੜਾ ਡਲੇ ਵਾਲਾ ਨਮਕ ਹੈ, ਉਹਦੀ ਕੀ ਵੈਲਿਊ ਹੈ ਅਤੇ ਉਹ ਬਾਕੀ ਦੇ ਨਮਕ ਨਾਲੋਂ ਕਿਸ ਤਰ੍ਹਾਂ ਵੱਖਰੇ ਹੈਗਾ? ਐਕਚੁਅਲ 'ਚ ਇਹ ਸੇਂਦਾ ਨਮਕ ਦੀ ਇੱਕ ਕੈਟਾਗਰੀ ਹੈ। ਸੇਂਦਾ ਦੇ ਵਿੱਚ ਵਾਈਟ ਆਉਂਦਾ, ਬਰਾਊਨੀ ਆਉਂਦਾ, ਪਿੰਕ ਆਉਂਦਾ, ਤਕਰੀਬਨ 10 ਤੋਂ 12 ਤਰ੍ਹਾਂ ਦੇ ਜਿਹੜੇ ਇਹ ਨਮਕ ਨੇ ਉਹ ਪਾਕਿਸਤਾਨ ਦੇ ਵਿੱਚ ਨਿਕਲਦੇ ਨੇ, ਜਿਨ੍ਹਾਂ ਨੂੰ ਅਲੱਗ ਅਲੱਗ ਕੰਟਰੀ 'ਚ ਭੇਜਿਆ ਵੀ ਜਾਂਦਾ। ਔਰ ਇਹਦੇ ਵਿੱਚ ਜਿਹੜੀ ਸਭ ਤੋਂ ਪੌਸ਼ ਕਿਸਮ ਹੁੰਦੀ ਉਹ ਪਿੰਕ ਹੁੰਦੀ ਹੈ, ਕਿਉਂਕਿ ਉਹਦੇ 'ਚ 80 ਤੋਂ ਅਬਵ ਜਿਹੜੇ ਮਿਨਰਲਸ ਪਾਏ ਜਾਂਦੇ ਨੇ, ਜਦੋਂ ਆਪਾਂ ਲੈਬ ਟੈਸਟਿੰਗ ਕਰਵਾਉਂਦੇ ਹਾਂ। ਪਲੱਸ ਉਹ ਜਿਹੜੇ ਉਹ ਮਿਨਰਲਸ ਨੇ ਜਿਹਦੀ ਸਾਡੀ ਬੋਡੀ ਨੂੰ ਡੇਲੀ ਜ਼ਰੂਰ ਰੈਗੂਲਰ ਜ਼ਰੂਰਤ ਹੁੰਦੀ ਹੈ, ਜਿਵੇਂ ਮੈਗਨੀਸ਼ੀਅਮ ਹੈ, ਸਾਡੇ ਸਰੀਰ ਤੋਂ ਮੈਗਨੀਸ਼ੀਅਮ, ਇਕੱਲਾ ਮੈਗਨੀਸ਼ੀਅਮ ਮਿਨਰਲਸ ਦੀ ਗੱਲ ਕਰਾਂ ਤਾਂ 300 ਤੋਂ ਵੱਧ ਐਕਟੀਵਿਟੀ ਕਰਵਾਉਂਦਾ ਰੋਜ਼, ਠੀਕ ਹੈ। ਇਹਦੇ 'ਚ ਇਸ ਤੋਂ ਇਲਾਵਾ ਪੋਟਾਸ਼ੀਅਮ ਆ ਜਾਂਦਾ, ਜੋ ਸਾਡੇ ਮਸਲ ਲਈ ਬਹੁਤ ਜ਼ਰੂਰੀ ਹੈ, ਠੀਕ ਹੈ। ਕੈਲਸ਼ੀਅਮ ਦੀ ਮਾਤਰਾ ਵੀ ਆ ਜਾਂਦੀ, ਇਹਦੇ 'ਚ ਬੋਰਨ ਵੀ ਆ ਜਾਂਦਾ, ਜਿਹੜਾ ਬ੍ਰੇਨ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੇ ਕਰਕੇ 80 ਤੋਂ ਅਬਵ ਮਿਨਰਲਸ ਇਹਦੇ 'ਚ ਹੁੰਦੇ ਨੇ, ਜੋ ਸਾਡੀ ਰੋਜ਼ਮਰਾ ਲਾਈਫ ਦੇ ਵਿੱਚ ਸਾਨੂੰ ਰੋਜ਼ ਚਾਹੀਦੇ ਨੇ, ਕਿਉਂਕਿ ਸਾਡੇ ਸਰੀਰ ਦੇ ਵਿੱਚ ਇੱਕ ਵੀ ਮਿਨਰਲਸ ਆਪ ਨਹੀਂ ਸਾਡੀ ਬੋਡੀ ਬਣਾਉਂਦੀ, ਨਾ ਸਟੋਰ ਕਰਦੀ, ਰੋਜ਼ ਚਾਹੀਦੇ ਨੇ। ਅਤੇ ਸਭ ਤੋਂ ਈਜ਼ੀ ਔਰ ਸਸਤਾ ਸੋਰਸ ਹੈ ਕਿ ਨਮਕ ਅੱਛਾ ਕਰ ਲਓ ਅਤੇ ਉਹਨੇ ਤੁਹਾਡੇ ਮਿਨਰਲਸ ਪੂਰੇ ਰੱਖ ਲਓ, ਕਿਉਂਕਿ ਬਿਨਾਂ ਮਿਨਰਲਸ ਤੋਂ ਜਿੰਨੇ ਮਰਜ਼ੀ ਵਿਟਾਮਿਨ ਖਾ ਲਓ, ਜਿੰਨਾ ਮਰਜ਼ੀ ਪ੍ਰੋਟੀਨ ਖਾ ਲਓ, ਜਿੰਨੀ ਮਰਜ਼ੀ ਫੈਟ ਫਾਈਬਰ ਲੈ ਲਓ, ਉਹ ਐਨਰਜੀ 'ਚ ਕਨਵਰਟ ਹੀ ਨਹੀਂ ਹੋਏਗਾ। ਇਹ ਥਿਊਰੀਜ਼ ਨੇ ਸਾਇੰਸ ਦੀ, ਠੀਕ ਹੈ। ਤਾਂ ਉਹ ਹਰ ਵਿਟਾਮਿਨਸ ਨੂੰ ਕੰਮ ਕਰਨ ਲਈ ਨਾਲ ਸਪੋਰਟ ਦੇ ਤੌਰ 'ਤੇ ਮਿਨਰਲਸ ਚਾਹੀਦਾ। ਵਿਟਾਮਿਨਸ ਨੂੰ ਖੁਦ ਨੂੰ ਨਹੀਂ ਪਤਾ ਮੈਂ ਕਿੱਥੇ ਕੰਮ ਕਰਨਾ, ਇਹ ਕੰਮ ਮਿਨਰਲਸ ਕਰਵਾਉਂਦਾ। ਤਾਂ ਨੈਚੁਰਲੀ ਅਤੇ ਅਫੋਰਡੇਬਲ, ਨੋ ਡਾਊਟ ਹੋਰ ਵੀ ਸਪਲੀਮੈਂਟਸ ਨੇ,
बट एक गरीब बंदे दे लई, एक साधारण इंसान दे लई जिन्हें अपनी रोज़मर्रा लाइफ में बैटर करना है और डिजीज़ फ्री करना है, तो अपनी किचन दे विच अच्छे नमक नू रखे, अच्छे नमक नू रखे। हुण आपां आईए कि ये नमक लैना किवें है, कि एक अक्सर डॉक्टर जिहड़े ने उह कहिंदे ने वी 3 ग्राम जिहड़ी मात्रा है वह नमक की बॉडी नू जिहड़ी है उह जरूरत हुंदी है डेली दी, ते उह फिर सब्जी च पाए, सुक्का खाए, पानी च पा के खाए, जबान ते रखे, की करे? नहीं, जो सुक्का खाण वाली असी थैरेपी दिंदे हां, वो असी अपनी जो पेशेंट जो साड़ी ओपीडी दे विच आंदे आ, असी अपनी एक्सपायर्ड दी राय दे नाल ही उहनूं दिंदे आ। जो लोग मेरे को हॉस्पिटल आते तो वो बॉडी की कंडीशन के हिसाब ना कुछ डे होंगे कि जिस उन्हें महीने के इन्ने दिन यदि थैरेपी लैनी है, किन्ने दिन एक बारी लैनी, किन्ने दो बारी लैनी, कंडीशन है वो। बाकी कुकिंग जिवें नॉर्मल यूज़ करते हो तुम यूज़ कर सकते हो, ठीक है। और यह एक वड्डा एडवांटेज होंगे क्योंकि ये नैचुरली मिनरल्स ने, अननैचुरली नहीं है। तो नैचुरली मिनरल्स की खूबी यह होंगी है, ये एक्सैस मात्रा च नहीं होंगे कभी भी। हाँ, मैं ये नहीं कह रहा कि चम्मच भर भर खाइए, तो ओवरडोज तो हर चीज़ की खराब करेगी, किडनी नूं भी, हार्ट नूं भी, लीवर नूं भी, स्किन नूं भी, हर जगह तो डैमेज करेगी। लेकिन तुसी इनू रेगुलर अपनी कुकिंग च यूज़ कर दो स्वाद अनुसार, तो इहदा माड़ा असर नहीं शरीर के उत्ते अज तक असी देखिया। जिस तरह तुसी गल की है कि बॉडी के उत्ते जिहड़ा इहदा असर, कि जेकर ज़्यादा मात्रा च ले तो नुकसान, ये भी नुकसान करता जिस तरह बाकी दे करदे ने, या फिर इहदा जिहड़ा उन्ना नुकसान नहीं हैगा? बिल्कुल सर, एक्सैस मात्रा च इहनूं भी लओगे तां बीपी की प्रॉब्लम आ जाएगी, किडनी का किडनी ते भी प्रैशर चल जाएगा। एक्सैस मात्रा तो हर चीज़, रोटियां तुसी 3 खानियां, तुहानूं कोई 6 ही खिला दे तो वह भी साइड इफेक्ट हो गया, सारा दिन शरीर हिलना नहीं, अखां नहीं खुलनियाँ, ठीक है। सेम उस तरह ही है, ये नमक है यदी लिमिटेड मात्रा, जिनी तुम स्वाद अनुसार दूसरा यूज़ कर रहे हो उन्ना यूज़ करो। जिहड़ा थैरेपी से देना, जो पेशेंट साढ़े वैलनेस एजुकेशन सेंटर से जाते हैं या साढ़े हॉस्पिटल आते हैं, तो वो कंडीशन के मुताबिक एडवाइस किया जाता है कि इन्ने दिन थैरेपी लैनी है। मैं देख रहा हूँ तुहाडे गुड़ जिहड़ा अपना पिया हैगा, तो ये बिच गिला हो गया, ये की कारण है? जिहड़ा सर मिल्ट हो गया। अच्छा, मेल्ट हो गया, पर जिहड़ा आ पिया हैगा तो ये सेम चीज़ है? सेम चीज़। अच्छा, हमेशा पुराने बजुर्गों नू इस चीज़ की बहुत अच्छी सेंस रही है कि जिहड़ा गुड़ पिघल जाता है वह नैचुरल होंगे, ठीक है। और बहुत सारे लोग गुड़ नू स्टोर करके रखते थे, ठीक है, क्योंकि वह कहते कि जिन्ना गुड़ पुराना होएगा उन्ना ही बेस्ट है, ठीक है। तो ये वो सेम वो चीज़ है, क्योंकि असं प्रिजर्व नहीं करते, एक भी कैमिकल नहीं लगाते, ठीक है। तो जिन्ना पिघल जाता है तो पेशेंट साढ़े उन्होंने भी बड़े शौक न कड़छी ना कड़ कड़ खाने टेस्टी। और प्लस यदि पहला अजकल तो मैं नहीं पता कि किन्ने परिवार से ये डिश चलती है। पहला लोग जो खेती करते करते या बाहरों काम तो थके आते ना, जे सब्जी नहीं बनी होंगी सी तो छाबे च रोटी पई है तो वह देसी घ्यो का चमचा पाते रोटी से, शक्कर पाते नाल गुड़ उत्ते पाते तवे से थोड़ा गर्म कर लेंगे खाते। अल्टीमेट टेस्ट ऑफ फ्लेवर आई थिंक आज की जनरेशन ने नहीं देखा होगा, बट जो कोई ट्राई करेगा डेफिनेटली रिपीट करेगा उन्होंने, ठीक है। तो मैं भी बहुत बार ट्राई करता, उन्होंने बहुत मज़ा आता खादा जाता। तो बच्चे ईवन असी रिकमेंड करते हैं जिहड़ा बच्चा मदर फीड तो बाद आपां रोटी वाल लैके आने मील देना शुरू कर दे, तो असं हमेशा कहने कि डायरैक्ट रोटी ना दो, सब तो पहले चूरी दो शक्कर की गां के देसी घ्यो की, और रोटी जी चूरी बना के उन्हों दो पहले 2-3 महीने, उस तो बाद किसी रोटी डायरैक्ट एक वाइट बुरकी दो, ताजो उसका लीवर स्ट्रोंग हो जाए, डाइजेस्टिव सिस्टम एक्टिव हो जाए, क्योंकि बच्चे चबाना नहीं ना आता। चूरी में तुम एक पाउडर फॉर्म से कर लोगे तो उन्होंने चबा की जरूरत नहीं, ईजी डाइजस्ट होएगा, तो रोटी बच्चा पूरी की पूरी निकल जाता है। नवा डाइजेस्टिव सिस्टम ओवर उन्होंने वर्क करना पैंता, फिर इनफेक्शन हो जाती पेट के, इस करके उत्थे गुड़ की चूरी दो, हड्डी भी ताकत मिले, लीवर नूं भी ताकत मिले, पेट नूं भी ताकत मिले, छोटी आंत ते वड्डी आंत नूं भी ताकत मिले, चमड़ी नूं दे विच भी ग्लो आवे और इम्यूनिटी भी बूस्ट होवे, ये गुण हुंदे ने गुड़ और शक्कर दे विच। ते आ जिहड़ा तुसीं सॉल्ट रख्या हैगा ये उही पिंक रॉक सॉल्ट है जिहड़ा तुसीं जिहड़ा रिकमेंड करदे हो अक्सर? जी जी, ये उही पिंक रॉक सॉल्ट है।
अपनी ਤੁਹਾਡੀ ਕੰਪਨੀ ਵੀ ਬਣਾਉਂਦੀ ਹੈ ਜੀ ਅਸੀਂ ਇਹਨੂੰ ਆਪਣੇ ਸਾਡੀ ਸੰਸਥਾ ਨੇ ਆਪਦੇ ਬ੍ਰਾਂਡ ਤੇ ਵੀ ਲਾਂਚ ਕੀਤਾ ਹੋਇਆ ਮਾਈਵੈਲ ਸਾਡਾ ਬ੍ਰਾਂਡ ਹੈ ਉਸ ਬ੍ਰਾਂਡ ਦੇ ਤੇ ਸਾਡੇ ਜਿੰਨੇ ਵੀ ਯੂਜ਼ਰ ਨੇ ਪੇਸ਼ੈਂਟ ਜੁੜੇ ਹੋਏ ਨੇ ਉਹ ਰੈਗੂਲਰ ਲੈਂਦੇ ਕਿਉਂਕਿ ਇਹਦੀ ਹਰ ਜਗ੍ਹਾ ਤੇ ਈਜ਼ੀ ਅਵੇਲੇਬਿਲਟੀ ਨਹੀਂ ਹੈ ਆਨਲਾਈਨ ਮੰਗਾਉਂਦੇ ਬਹੁਤ ਕੋਸਟਲੀ ਪੈਂਦਾ ਹੈ ਠੀਕ ਹੈ ਜੀ ਇਹਨੂੰ ਅਸੀਂ ਬੜਾ ਹੀ ਅਫੋਰਡੇਬਲ ਪ੍ਰਾਈਸ ਉੱਤੇ ਦਿੱਤਾ ਹੋਇਆ ਕਿ ਕਿਉਂਕਿ ਜਿੰਨੇ ਇਹਦੇ 'ਚ ਗੁਣ ਨੇ ਤਾਂ ਜਿਸ ਪ੍ਰਾਈਸ 'ਤੇ ਅਸੀਂ ਦਿੱਤਾ ਹੋਇਆ ਉਹ ਕਿਸੇ ਨੂੰ ਫੀਲ ਨਹੀਂ ਹੁੰਦਾ ਬਹੁਤ ਅੱਛੇ ਤਰੀਕੇ ਨਾਲ ਲੋਕ ਯੂਜ਼ ਕਰਦੇ ਨੇ ਤੇ ਇਹਦੇ 'ਚ ਕੁਛ ਇਨਗਰੀਡੀਐਂਟਸ ਹੋਰ ਵੀ ਪਾਏ ਹੁੰਦੇ ਨੇ ਜਾਂ ਸਿਰਫ ਤੇ ਸਿਰਫ ਜਿਹੜਾ ਰੌਕ ਸਾਲਟ ਹੀ ਹੁੰਦਾ ਨਹੀਂ ਪਿੰਕ ਰੌਕ ਸਾਲਟ ਦੇ ਵਿੱਚ ਕੁਛ ਵੀ ਐਡ ਨਹੀਂ ਕੀਤਾ ਜਾਂਦਾ ਨਹੀਂ ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨੂੰ ਜਾਣਕਾਰੀ ਦੇਣ ਲਈ ਗੁੜ ਤੇ ਨਮਕ ਦੇ ਨਾਲ ਅਸੀਂ ਕਿਸ ਤਰ੍ਹਾਂ ਸਰੀਰ ਦੀਆਂ ਬਿਮਾਰੀਆਂ ਠੀਕ ਕਰ ਸਕਦੇ ਹਾਂ ਕਿੱਦਾਂ ਦਾ ਨਮਕ ਓਰੀਜਨਲ ਕਿੱਦਾਂ ਦਾ ਗੁੜ ਓਰੀਜਨਲ ਹੁੰਦਾ ਅਤੇ ਕਿਸ ਰੂਪ ਦੇ ਵਿੱਚ ਸਾਨੂੰ ਲੈਣਾ ਚਾਹੀਦਾ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਊਜ਼ ਏਸ਼ੀਆ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇੰਨੀ ਅੱਛੀ ਔਰ ਵੱਡਮੁੱਲੀ ਜਾਣਕਾਰੀ ਸਾਰੇ ਪਰਿਵਾਰਾਂ ਤੱਕ ਪਹੁੰਚਾ ਰਹੇ ਹੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਮਰੀਜ਼ ਇਹ ਦਾਅਵਾ ਕਰ ਰਹੇ ਨੇ ਕਿ ਨਮਕ ਦੇ ਨਾਲ ਅਤੇ ਗੁੜ ਦੇ ਨਾਲ ਜਿਹੜਾ ਉਹਨਾਂ ਦਾ ਇਲਾਜ ਹੋਇਆ ਅਤੇ ਉਹ ਠੀਕ ਹੋਏ ਨੇ ਉਹਨਾਂ ਦੇ ਪਿੱਛੇ ਦੇ ਕਾਰਨ ਕੀ ਨੇ ਨਮਕ ਅਤੇ ਗੁੜ ਦੇ ਵਿੱਚ ਅਜਿਹਾ ਕੀ ਹੈ ਜਿਹਦੇ ਨਾਲ ਜਿਹੜਾ ਬੋਡੀ ਦੇ ਅੰਦਰ ਜਿਹੜਾ ਉਹ ਵਿਕਾਰ ਉਹ ਠੀਕ ਹੋ ਜਾਂਦੇ ਨੇ ਕਿਸ ਰੂਪ ਦੇ ਵਿੱਚ ਸਾਨੂੰ ਇਹ ਲੈਣਾ ਚਾਹੀਦਾ ਕਦੋਂ ਲੈਣਾ ਚਾਹੀਦਾ ਅਤੇ ਕਿਹੜੀ ਗੁੜ ਅਤੇ ਨਮਕ ਜਿਹੜਾ ਉਹ ਓਰੀਜਨਲ ਹੈ ਅਸਲੀ ਹੈ ਤਾਂ ਕਿ ਸਾਨੂੰ ਅਸਲੀ ਅਤੇ ਨਕਲੀ ਦੀ ਪਛਾਣ ਹੋਵੇ ਅਤੇ ਉਹ ਕਿੰਨੀ ਦੇਰ ਲੈਣਾ ਚਾਹੀਦਾ ਅਤੇ ਕਦੋਂ ਲੈਣਾ ਚਾਹੀਦਾ ਇਹ ਜਾਣਕਾਰੀ ਸਾਨੂੰ ਅੱਜ ਸਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਸਾਰੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਹੋਵੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ